ਹੈਲੋ ਐਵਰੀਵਨ, ਵੈਲਕਮ ਟੂ ਦ ਰੈੱਡ ਬਜ਼ਰ ਯੂਟਿਊਬ ਚੈਨਲ। ਕਿੱਦਾਂ ਹੋ ਜੀ ਸਾਰੇ? ਆਈ ਹੋਪ ਕਿ ਤੁਸੀਂ ਸਭ ਵਧੀਆ ਹੋਗੇ। ਜਿੱਦਾਂ ਕਿ ਥੰਬਨੇਲ ਦੇਖ ਕੇ ਵੀ ਪਤਾ ਲੱਗ ਗਿਆ ਹੋਣਾ, ਐਂਡ ਤੁਸੀਂ ਬਿਲਕੁਲ ਦੇਖ ਵੀ ਸਕਦੇ ਹੋ ਸਕਰੀਨ 'ਤੇ ਕਿ ਜੋ ਤੁਸੀਂ ਥੰਬਨੇਲ ਦੇਖਿਆ ਬਿਲਕੁਲ ਉਹ ਸਹੀ ਹੈ ਕਿ ਜੋ ਪੰਜਾਬ ਮਾਸਟਰ ਐਂਡ ਮਿਸਟਰੈਸ ਦੀ ਵੈਕੈਂਸੀਜ਼ ਜੋ ਹੈ, ਮਾਸਟਰ ਜਾਂ ਮਿਸਟਰੈਸ ਕੈਡਰ ਦੀ ਜੋ ਵੈਕੈਂਸੀਜ਼ ਹੈ ਆਊਟ ਹੋ ਚੁੱਕੀ ਹੈ। ਟੋਟਲ 2182 ਜੋ ਇਸ ਟਾਈਮ ਹਾਲੇ ਤੱਕ ਅਪਡੇਟ ਆਈ ਹੈ, ਤਾਂ ਇੰਨੀਆਂ ਵੈਕੈਂਸੀਜ਼ ਦੱਸੀਆਂ ਜਾ ਰਹੀਆਂ। ਬਾਕੀ ਇਹ ਤੁਸੀਂ ਉਹਨਾਂ ਦੇ ਲਈ ਨੋਟੀਫਿਕੇਸ਼ਨ ਲਗਭਗ ਹੋ ਸਕਦਾ ਤੁਸੀਂ ਵੀ ਦੇਖ ਲਏ ਹੋਣਗੇ ਕਿ ਪੰਜਾਬੀ ਮਾਸਟਰ ਜਾਂ ਮਿਸਟਰੈਸ ਦੇ ਲਈ ਕੁਛ 60 ਅਸਾਮੀਆਂ ਦੀ ਮੰਗ ਕੀਤੀ ਗਈ ਹੈ, ਐਂਡ ਗਣਿਤ ਦੇ ਲਈ 450 ਅਸਾਮੀਆਂ। ਇਸੇ ਤਰ੍ਹਾਂ ਨਾਲ ਅਗਰ ਆਪਾਂ ਦੇਖੀਏ ਅੰਗਰੇਜ਼ੀ ਦੇ ਲਈ 880 ਅਸਾਮੀਆਂ, ਸਮਾਜਿਕ ਸਿੱਖਿਆ ਜਾਂ ਮਾਸਟਰ ਮਿਸਟਰੈਸ ਦੇ ਲਈ 52 ਹੈ। ਬਾਕੀ ਇਹ ਸਬਜੈਕਟ ਵਾਈਜ਼ ਹਾਲੇ ਆਉਣੀਆਂ ਬਾਕੀ ਹੈ। ਹਿਸਟਰੀ ਦੇ ਲਈ, ਪੋਲੀਟੀਕਲ ਸਾਇੰਸ ਲਈ ਉਹ ਡਿਵੀਜ਼ਨ ਹਾਲੇ ਹੋਣੀ ਬਾਕੀ ਹੈ। ਹਿੰਦੀ ਮਾਸਟਰ ਜਾਂ ਮਿਸਟਰੈਸ ਕੈਡਰ ਦੇ ਲਈ ਜੋ ਹੈ ਟੋਟਲ 40 ਅਸਾਮੀਆਂ, ਐਂਡ ਸਾਇੰਸ ਵਾਲਾ ਤੁਸੀਂ ਪ੍ਰੋਪਰ ਦੇਖ ਨਹੀਂ ਪਾਏ ਹੋਗੇ ਕਿਉਂਕਿ ਉਹ ਮੇਰੇ ਕੋਲ ਵੀ ਹਾਲੇ ਤੱਕ ਨਹੀਂ ਆਇਆ, ਮੈਂ ਇਸੇ ਕਰਕੇ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਪਾਇਆ। ਬਾਕੀ ਤੁਸੀਂ ਦੇਖ ਸਕਦੇ ਹੋ, ਦੱਸਿਆ ਜਾ ਰਿਹਾ 700 ਵੈਕੈਂਸੀ ਸਾਇੰਸ ਦੀਆਂ ਵੀ ਹੈ, ਤਾਂ ਸਾਇੰਸ, ਇੰਗਲਿਸ਼, ਹਿੰਦੀ, ਮੈਥਸ, SST ਐਂਡ ਪੰਜਾਬੀ, ਇਹਨਾਂ ਸਾਰਿਆਂ ਦੀ ਅਗਰ ਤੁਸੀਂ ਐਡ ਕਰੋਗੇ ਤਾਂ 2182 ਵੈਕੈਂਸੀਜ਼, 2182 ਵੈਕੈਂਸੀਜ਼ ਹੈ। ਐਂਡ ਇਹ ਛੋਟੀ ਜਿਹੀ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਸੀ। ਬਾਕੀ ਜੋ ਤੁਸੀਂ ਹਾਲੇ ਤੱਕ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਦੇਖ ਵੀ ਪਾ ਰਹੇ ਹੋ ਕਿ ਇਸੇ ਹੀ ਵੈਬਸਾਈਟ 'ਤੇ www.educationrecruitmentboard.com ਇਸ 'ਤੇ ਕੱਲ੍ਹ ਤੱਕ ਅਪਡੇਟ ਹੋ ਜਾਣਾ ਚਾਹੀਦਾ, ਐਂਡ ਕੱਲ੍ਹ ਤੋਂ ਫੋਰਮ ਫਿਲਿੰਗ ਦੇ ਲਈ ਪ੍ਰੋਸੈਸ ਵੀ ਸਟਾਰਟ ਹੋ ਜਾਣਾ ਚਾਹੀਦਾ। ਉਸ ਦੇ ਲਈ ਵੀ ਬੇਫਿਕਰ ਰਹੋ, ਮੈਂ ਤੁਹਾਨੂੰ ਪ੍ਰੋਪਰ ਵੀਡੀਓ ਬਣਾ ਕੇ ਦੱਸ ਦੇਣ ਵਾਲਾ ਹਾਂ, ਐਂਡ ਬਿਲਕੁਲ ਆਪਣੀ ਤਿਆਰੀ ਤੁਸੀਂ ਉਹਨੂੰ ਸ਼ੁਰੂ ਕਰ ਸਕਦੇ ਹੋ, ਐਂਡ PSET ਦਾ ਰਿਜ਼ਲਟ ਵੀ ਬਹੁਤ ਜਲਦੀ ਆਊਟ ਹੋ ਸਕਦਾ ਹੈ। ਹਾਂ, ਬਾਕੀ ਉਹਨਾਂ ਸਟੂਡੈਂਟਸ ਦੇ ਲਈ ਇੱਕ ਇਨਫੋਰਮੇਸ਼ਨ ਹੈ ਜਿਨ੍ਹਾਂ ਨੇ ਕਿ PSET, SCTET ਜਾਂ ਰੀਟੈਚਟ, UPTET, ਕਿਸੇ ਵੀ ਹੋਰ ਸੀਟ ਦੇ TET ਦੇ ਇਗਜ਼ਾਮ ਦੇ ਲਈ ਤਿਆਰੀ ਕਰਨੀ ਹੈ, ਤਾਂ ਉਹਦੇ ਵਿੱਚ ਜੋ CDP ਦਾ ਸੈਕਸ਼ਨ ਰਹਿੰਦਾ ਹੈ, ਉਸ ਦੇ ਲਈ ਅਸੀਂ ਤਿਆਰੀ ਸ਼ੁਰੂ ਕਰਵਾ ਚੁੱਕੇ ਹਾਂ। ਤਾਂ ਆਪਣੀ ਜੋ ਹੈ ਪੇਡ ਕੋਰਸਿਸ ਅਗਰ ਜੁਆਇਨ ਕਰਨਾ ਚਾਹੁੰਦੇ ਆ ਤਾਂ ਜੁਆਇਨ ਕਰ ਸਕਦੇ ਆ ਇਸ ਗਿਵਨ ਨੰਬਰ 'ਤੇ ਸਾਡੇ ਨਾਲ ਕੰਟੈਕਟ ਕਰਕੇ। WhatsApp 'ਤੇ ਡੈਮੋ ਲਗਾਉਣਾ ਚਾਹੋ ਤਾਂ ਡੈਮੋ ਵੀ ਲੈ ਸਕਦੇ ਹੋ, ਐਂਡ ਸਾਰੀ ਦੀ ਸਾਰੀ ਡਿਟੇਲ ਇਨਫੋਰਮੇਸ਼ਨ ਲੈ ਸਕਦੇ ਹੋ। ਬਾਕੀ ਅੱਜ ਜਿੱਦਾਂ ਮੈਂ ਦੱਸਿਆ ਵੀ ਸੀ ਪਹਿਲਾਂ, ਬਜਟ ਦੇ ਵਿੱਚ ਵੀ ਇਹੀ ਇਨਫੋਰਮੇਸ਼ਨ ਆਈ ਸੀ, ਐਂਡ ਬਿਲਕੁਲ ਉਹ ਸੱਚ ਹੁੰਦੀ ਹੋਈ ਨਜ਼ਰ ਆਈ ਹੈ। ਐਂਡ ਮੈਂ ਬਜਟ ਦੀ ਵੀਡੀਓ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਬਣਾ ਕੇ ਦੱਸੀ ਵੀ ਹੈ। ਅੱਜ ਦਾ ਬਜਟ ਜੋ ਅੱਜ ਪੇਸ਼ ਹੋਇਆ, ਪੰਜਾਬ ਗੌਰਮੈਂਟ ਨੇ, ਕਾਂਗਰਸ ਸਰਕਾਰ ਦੇ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ 2020-21, ਉਹ ਵੀਡੀਓ ਤੁਸੀਂ ਜ਼ਰੂਰ ਤੋਂ ਦੇਖ ਲੈਣਾ, ਕਾਫੀ ਕੁਛ ਇੰਪੋਰਟੈਂਟ ਗੱਲਾਂ। ਐਂਡ ਇੱਕ ਵਾਰ ਇੱਕ ਇੰਪੋਰਟੈਂਟ ਪੁਆਇੰਟ ਤਾਂ ਦੱਸ ਦੇਣਾ ਚਾਹੁੰਦਾ, ਪੂਰੇ ਭਾਰਤ ਪੰਜਾਬ ਦੇ ਵਿੱਚ +2 ਤੱਕ ਦੀ ਐਜੂਕੇਸ਼ਨ ਬਿਲਕੁਲ ਫ੍ਰੀ ਕਰ ਦਿੱਤੀ ਗਈ ਹੈ ਬੱਚਿਆਂ ਦੇ ਲਈ। ਤਾਂ ਪੂਰੀ ਜਾਣਕਾਰੀ ਜਾਣੋ ਉਹ ਬਿਲਕੁਲ ਉਸੇ ਵੀਡੀਓ ਦਾ ਲਿੰਕ ਵੀ ਮੈਂ ਇਸੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਰਿਹਾ, ਐਂਡ ਉੱਪਰ ਆਈ ਬਟਨ ਦੇ ਵੀ ਤੁਹਾਨੂੰ ਮਿਲ ਜਾਣ ਵਾਲਾ ਹੈ, ਤਾਂ ਜ਼ਰੂਰ ਜਾ ਕੇ ਤੁਸੀਂ ਉਹ ਵੀਡੀਓ ਤੁਸੀਂ ਚੈੱਕਆਊਟ ਕਰ ਲੈਣਾ, ਤਾਂ ਕਾਫੀ ਇੰਪੋਰਟੈਂਟ ਪੁਆਇੰਟ ਹੈ ਜੋ ਕਿ ਤੁਸੀਂ ਉਸ ਨੂੰ ਦੇਖ ਸਕਦੇ ਹੋ ਐਂਡ ਕਵਰ ਕਰ ਸਕਦੇ ਹੋ। ਓਕੇ ਜੀ, ਠੀਕ ਹੈ ਜੀ, ਬਸ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਡਿਲੀਵਰ ਕਰਨੀ ਸੀ। ਹਾਂ, ਬਾਕੀ ਟੈਲੀਗ੍ਰਾਮ ਦਾ ਚੈਨਲ ਤੁਸੀਂ ਜ਼ਰੂਰ ਤੋਂ ਜੁਆਇਨ ਕਰਕੇ ਰੱਖੋ, ਫੇਸਬੁੱਕ ਦਾ ਪੇਜ ਜ਼ਰੂਰ ਤੋਂ ਲਾਈਕ ਕਰਕੇ ਰੱਖੋ, ਐਂਡ ਇੰਸਟਾਗ੍ਰਾਮ 'ਤੇ ਸਾਨੂੰ ਫੋਲੋ ਕਰਕੇ ਰੱਖੋ, ਕਿਉਂਕਿ ਮੈਂ ਸਾਰੀ ਦੀ ਸਾਰੀ ਇੰਪੋਰਟੈਂਟ ਅਪਡੇਟਸ ਮੈਂ ਇਸੇ 'ਤੇ ਹੀ ਦਿੰਦਾ ਹਾਂ ਇਹਨਾਂ ਸੋਸ਼ਲ ਮੀਡੀਆ ਦੇ ਪਲੇਟਫਾਰਮਸ 'ਤੇ, ਤਾਂ ਜ਼ਰੂਰ ਤੁਸੀਂ ਇੱਥੇ ਸਾਡੇ ਨਾਲ ਕਨੈਕਟ ਰਹਿ ਸਕਦੇ ਹੋ। ਤਾਂ ਸਾਰੇ ਦੇ ਸਾਰੇ ਨਿਊ ਵਿਊਅਰਸ ਸੈੱਟ ਬਜ਼ਰ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਣਗੇ, ਚਾਹੇ ਉਹ, ਕਿਉਂਕਿ ਟੈਟ ਦੇ ਰਿਗਾਰਡਿੰਗ ਜਿੰਨੀਆਂ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੁੰਦੀਆਂ, ਕਿਸੇ ਵੀ ਸਟੇਟ ਦਾ TET ਇਗਜ਼ਾਮ ਹੁੰਦਾ, ਤਾਂ ਉਸਦੇ ਲਈ ਮੈਂ ਸਾਰੀ ਸਾਰੀ ਅਪਡੇਟਸ ਤੁਹਾਨੂੰ ਇਸੇ ਚੈਨਲ 'ਤੇ ਦਿੰਦਾ ਰਹਿਣਾ। ਤਾਂ ਜ਼ਰੂਰ ਰੈੱਡ ਬਜ਼ਰ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਨੋਟੀਫਿਕੇਸ਼ਨ ਪ੍ਰੈਸ ਕਰਕੇ ਜਾਣਾ, ਐਂਡ ਫੋਰ ਆਲ ਵਾਲਾ ਨੋਟੀਫਿਕੇਸ਼ਨ ਪ੍ਰੈਸ ਕਰਨਾ, ਐਂਡ ਵੀਡੀਓ ਨੂੰ ਮੈਕਸੀਮਮ ਫਰੈਂਡਸ ਤੱਕ ਸ਼ੇਅਰ ਕਰ ਸਕਦੇ ਹੋ। ਲਾਈਕ ਕਰੋ ਵੀਡੀਓ ਨੂੰ, ਐਂਡ ਮੈਕਸੀਮਮ ਫਰੈਂਡਸ ਤੱਕ ਜ਼ਰੂਰ ਤੋਂ ਸ਼ੇਅਰ ਕਰੋ। ਓਕੇ ਜੀ, ਬਾਏ ਬਾਏ, ਮਿਲਦੇ ਹਾਂ ਆਪਣੀ ਕੁਛ ਹੋਰ ਇੱਦਾਂ ਦੀ ਇੰਪੋਰਟੈਂਟ ਅਪਡੇਟਸ ਦੇ ਨਾਲ। ਬਾਏ ਬਾਏ।